ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਿਨ ਗੁਰਮੁਖ ਨਾਮ ਧਿਆਇਆ ਆਈ ਤੇ ਪਰਵਾਨ, ਨਾਨਕ ਕੁਲ ਉਧਾਰ ਹੈ ਆਪਣਾ, ਦਰਗਹਿ ਪਾਵੈ ਮਾਂ। ਨਾਨਕ ਕੁਲ ਉਧਾਰੈ ਆਪਣਾ, ਦਰਗਹਿ ਪਾਵੈ ਸੋਹੀ ਮੈਨੀ ਠਠ ਜੈਸਾ ਸੁਣਿਆ, ਸੋਹੀ ਮੈਨੀ ਜੈਸਾ ਸੁਣਿਆ,
ਸਤਿਗੁਰੂ ਸੁਣੀਂਦਾ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਨੀਤ, ਵਿਛੜਿਆ ਮਿਲੇ ਪ੍ਰਭੂ ਹਰ ਦਰਗਹਿ ਕਾ ਵਾਸੀ, ਹਰ ਨਾਮੋ ਮੰਤਰ ਦਰਗਾਇਦਾ ਕੱਟੇ ਹੋ ਮੈਂ ਰੋ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੋਂ ਪਿਆ ਸੰਜੋ। ਯਾਰੀ ਕੈਸੋ ਹੀ ਮੈਂ ਡੀਠ ਜੈਸਾ ਕੱਟੇ ਹੋ ਮੈਂ ਰੋ, ਨਾਨਕ ਸਤਿਗੁਰ ਤਿਨਾਂ ਮਿਲਾਇਆ ਜਿਨ੍ਹਾਂ ਤੁਰੋਂ ਪਿਆ ਸੰਜੋਗ। ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ ਜੀ, ਮਹਾਂਪੁਰਸ਼ਾਂ ਵੱਲੋਂ ਚਲਾਏ ਹੋਏ ਬਚਨਾਂ ਦੇ ਅਨੁਸਾਰ
ਪੂਰਨ ਪੂਰਨ ਗਿਆਨੀ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ, ਸ੍ਰੀ ਹਜ਼ੂਰ ਬਾਬਾ ਜੀ ਛਿਆਹਠ ਸਾਹਿਬ ਵਾਲੇ, ਉਹਨਾਂ ਦੀਆਂ ਨਿੱਘੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਹੋਇਆਂ ਮਹਾਂਪੁਰਸ਼ਾਂ ਵੱਲੋਂ ਸਾਨੂੰ ਜੋੜਨ ਵਾਸਤੇ ਇਹ ਬੜਾ ਵੱਡਾ ਉਪਰਾਲਾ ਹੈ। ਧੰਨ ਧੰਨ ਹਜ਼ੂਰ ਬਾਬਾ ਆਨੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਨੇ ਸਾਰਾ ਜੀਵਨ ਸਤਿਗੁਰ ਦੇ ਸੇਵਾ ਅਤੇ ਸਿਮਰਨ ਸ਼ਰਧਾ ਅਤੇ ਭਾਵਨਾ ਦੇ ਅਨੁਸਾਰ ਸਫਲ ਕੀਤਾ। ਹਜ਼ੂਰ ਦਾ ਸਾਰਾ ਜੀਵਨ ਆਪਾਂ ਪੜ੍ਹੀਏ ਅਨੰਦ ਚਮਤਕਾਰ ਦੇ ਵਿੱਚ ਮਹਾਂਪੁਰਸ਼ ਬਾਬਾ ਗੁਰਮੁਖ ਸਿੰਘ ਜੀ ਲਿਖਦੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿੰਨਾ ਸਤਿਕਾਰ ਹਜ਼ੂਰ ਬਾਬਾ ਆਨੰਦ ਸਿੰਘ ਮਹਾਰਾਜ ਨੇ ਕੀਤਾ ਹੈ, ਪ੍ਰਤੱਖ ਗੁਰੂ ਨਾਨਕ ਕਰਕੇ ਜਾਣਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਪ੍ਰਤੱਖ ਗੁਰੂ ਨਾਨਕ ਨੂੰ ਪ੍ਰਗਟ ਕਰਕੇ ਭੋਜਨ ਛਕਾਇਆ। ਜਿਨ੍ਹਾਂ ਨੇ ਇਸ ਸੰਸਾਰ ਦੇ ਉੱਤੇ ਆ ਕੇ ਜੋ ਸ਼ਰਨ ਵਿੱਚ ਆ ਗਿਆ ਉਹਨੂੰ ਨਾਮ ਨਾਲ ਜੋੜਿਆ, ਸ਼ਬਦ ਨਾਲ ਜੋੜਿਆ, ਕਿ ਉਹਨਾਂ ਦੀਆਂ ਯਾਦਾਂ ਮਨਾਈਆਂ ਜਾ ਰਹੀਆਂ। ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ, ਨਾਨਕ ਕੋਲ ਉਧਾਰੈ ਆਪਣਾ ਦਰਗਹਿ ਪਾਵੈ। ਗੁਰਮੁਖ ਪਿਆਰੇ ਵਚਨ ਪੜ੍ਹ ਰਹੇ ਸੀ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧੰਨ ਸੋ ਸਹੀ ਨਾਨਕਾ ਪੂਰਨ ਸੋਈ ਸੰਤ। ਇਹ ਪੂਰਨ ਮਹਾਂਪੁਰਸ਼ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਵਿਚਾਰ ਹੈ। ਜੀਵਤ ਵੇਖੇ ਜਿਨੀ ਹਰ ਹਰ ਧਿਆਇਆ, ਜਿਹੜੇ ਅੱਜ ਵੀ ਰਹਿਮਤਾਂ ਕਰਦੇ ਆ, ਕੋਈ ਭਾਵਨਾ ਕੋਈ ਸ਼ਰਧਾ ਲਿਆ ਕੇ ਦੇਖੇ। ਸ੍ਰੀ ਹਜ਼ੂਰ ਬਾਬਾ ਜੀ ਛਿਆਹਠ ਸਾਹਿਬ ਵਾਲਿਆਂ ਨੇ ਧੰਨ ਹਜ਼ੂਰ ਬਾਬਾ ਜਾਂ ਬਾਬਾ ਆਨੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਜਾਣਾ ਕੀਤਾ ਸੀ। ਮੈਂ ਚੂਕ ਮਾਤਰ ਹੀ ਪ੍ਰਮਾਣ, ਪਹਿਲੀ ਵਾਰੀ ਸੇਵਾਦਾਰ ਨੇ ਵਚਨ ਕੀਤਾ ਸੀ ਮਹਾਰਾਜ, ਕਿਉਂਕਿ ਸਾਈਕਲ ਤੇ ਗਏ ਸੀ ਛਿਆਹਠ ਦੀ ਧਰਤੀ ਤੋਂ, ਨਾਨਕ ਸਰਕਲੇਰਾਂ ਦੀ ਧਰਤੀ ਸਾਈਕਲ ਤੇ ਹੀ ਗਏ। ਪਹਿਰੇਦਾਰ ਦੇ ਰਾਹੀਂ ਜਦੋਂ ਭੁਗਤੇ, ਪਹਿਰੇਦਾਰ ਨੇ ਹਜ਼ੂਰ ਬਾਬਾ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਬਾਬਾ ਆਨੰਦ ਸਿੰਘ ਮਹਾਰਾਜ ਦੇ ਗਰੀਬ ਨਵਾਜ, ਇੱਕ ਨਵਾਂ ਜਿਹਾ ਮੁੰਡਾ ਆਇਆ ਛਿਆਹਠ ਮਗਰ ਸਾਈਕਲ 'ਤੇ ਆਇਆ। ਸ੍ਰੀ ਹਜ਼ੂਰ ਬਾਬਾ ਆਨੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਗੁਰਮੁਖਾ ਇੱਥੇ ਕੋਈ ਨਵਾਂ ਨਹੀਂ ਆਉਂਦਾ, ਇੱਥੇ ਸਾਰੇ ਪੁਰਾਣੇ ਹੀ ਆਉਂਦੇ ਨੇ। ਗੱਜ ਕੇ ਆਖੋ ਸਤਨਾਮ, ਇੱਥੇ ਕੋਈ ਨਵਾਂ ਨਹੀਂ ਆਉਂਦਾ, ਇੱਥੇ ਸਭ ਪੁਰਾਣੇ ਹੀ ਆਉਂਦੇ। ਧੰਨ ਬਾਬਾ ਆਨੰਦ ਸਿੰਘ ਮਹਾਰਾਜ। ਜਦੋਂ ਹਜ਼ੂਰ ਚਰਨਾਂ ਵਿੱਚ ਗਏ, ਐਸੀ ਸੇਵਾ ਬਖਸ਼ਤੀ ਪ੍ਰਸ਼ਾਦ ਵਰਤਾਉਣ ਦੀ, ਫਿਰ ਜਿੱਥੇ ਮਰਜ਼ੀ ਬਾਬਾ ਆਨੰਦ ਸਿੰਘ ਮਹਾਰਾਜ ਪੁੰਨਿਆਂ ਤੇ ਹੁੰਦੇ, ਭਾਵੇਂ ਦੇਹਰਾਦੂਨ ਹੋਣ, ਭਾਵੇਂ ਜੰਗ ਗਿਆਣੇ ਆਣੇ, ਭਾਵੇਂ ਸ੍ਰੀਨਗਰ ਕਿਉਂ ਨਾ ਹੋਣ, ਭਾਵੇਂ ਦਿੱਲੀ ਕਿਉਂ ਨਾ ਹੋਣ, ਬਾਬਾ ਜੀ ਨੇ ਸਾਈਕਲ ਤੇ ਸੇਵਾ ਨਿਭਾਈ, ਬਚਨਾਂ ਤੇ ਪਹਿਰਾ ਦਿੱਤਾ,
ਬਾਬਾ ਜੀ ਵਚਨ ਕਰਦੇ ਹੁੰਦੇ ਕਹਿੰਦੇ ਆ ਜੋੜੀ ਦੀ ਬਖਸ਼ ਬਾਬਾ ਜੀ ਨੇ ਕਿੱਡੀ ਕੀਤੀ। ਬਾਬਾ ਆਨੰਦ ਸਿੰਘ ਮਹਾਰਾਜ ਨੇ ਵਚਨ ਆਖਿਆ ਤੁਸੀਂ ਵੀ ਸੇਵਾ ਕਰਿਆ ਕਰੋ ਜੋੜੀ ਦੀ। ਮਹਾਰਾਜ ਮੈਨੂੰ ਤਾਂ ਇਹ ਵਜਾਉਣੀ ਨਹੀਂ ਆਉਂਦੀ। ਬਾਬਾ ਆਨੰਦ ਸਿੰਘ ਮਹਾਰਾਜ ਕਹਿੰਦੇ ਇੱਧਰ ਕਿਹੜਾ ਪਿੰਡ ਹੈ ਮਹਾਰਾਜ ਢੁੱਡੀ ਕੇ ਇੱਧਰ ਮਦੋਂ ਕੇ ਕਹਿੰਦੇ ਬਸ ਇਉਂ ਹੀ ਵਜਾਈ ਜਾਈ। ਕਿੱਡੀ ਰਹਿਮਤ ਹੋਈ ਬਾਬਾ ਆਨੰਦ ਸਿੰਘ ਮਹਾਰਾਜ ਦੀ ਭਾਵ ਸਾਧੂਆਂ ਦੀ ਦ੍ਰਿਸ਼ਟੀ ਵਿੱਚ ਜਦੋਂ ਆਪਾਂ ਆ ਗਏ ਨਾ ਭਾਗ ਹੋਆ ਗੁਰ ਸੰਤ ਮਿਲਾਇਆ ਵੱਡੇ ਭਾਗਾਂ ਦੀ ਨਿਸ਼ਾਨੀ ਜਦੋਂ ਪੂਰਨ ਮਹਾਂਪੁਰਸ਼ਾਂ ਦਾ ਸੰਗ ਮਿਲ ਜੇ ਸੁੱਤੀ ਹੋਈ ਕਿਸਮਤ ਜਾਗ ਪੈਂਦੀ। ਗੁਰਮੁਖ ਪਿਆਰੇ ਪੜ੍ਹ ਰਹੇ ਸੀ ਵਚਨ ਜਦੋਂ ਸੁੱਤੀ ਹੋਈ ਕਿਸਮਤ ਜਾਗਦੀ ਮੇਲਾ ਹੁੰਦਾ ਹੈ ਸਾਧੂਆਂ ਦਾ ਆਪਣੇ ਭਾਗ ਜਾਗੇ ਹੈ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਬੈਠਣ ਦਾ ਪੂਰਨ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਜੁੜਨ ਦਾ ਇਹ ਸਮਾਂ ਸਤਿਗੁਰੂ ਨੇ ਬਖਸ਼ਿਆ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਹੈ ਇਸ ਲਈ ਆਪਣੇ ਭਾਗ ਚੰਗੇ ਪ੍ਰਤੱਖ ਰੱਬ ਦੀ ਯਾਦ ਵਿੱਚ ਜੁੜੇ ਬੈਠੇ ਹਾਂ ਜਿਨ੍ਹਾਂ ਨੇ ਸਾਰਾ ਜੀਵਨ ਇੱਕ ਇੱਕ ਸਵਾਸ ਪਰਮੇਸ਼ਰ ਦੇ ਨਾਮ ਤੇ ਲਾਇਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ। ਵੱਡੇ ਭਾਗਾਂ ਵਾਲੇ ਉਹ ਮਹਾਂਪੁਰਸ਼ ਹੈ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਨਾਮ ਦਾ ਖਜ਼ਾਨਾ। ਪ੍ਰਵਾਨ ਗਣੇ ਸਹੀਏ ਆਏ ਸਫਲ ਤਿਨਾਂ ਕੇ ਕਾਮਾਂ। ਉਹ ਪ੍ਰਵਾਨ ਹਨ ਉਹਨਾਂ ਦੇ ਜਿਤਨੇ ਵੀ ਕਰਮ ਹਨ ਸਫਲ ਹਨ। ਪ੍ਰਵਾਨ ਗਣੇ ਸਹੀਏ ਆਏ ਸਫਲ ਤਿਨਾਂ ਕੇ ਕਾਮਾਂ। ਮੇਰੇ ਰਾਮ ਹਰ ਜਨ ਕਹਿ ਹਉ ਬਲ ਜਾਏ। ਗੁਰੂ ਜੀ ਕਹਿੰਦੇ ਮੈਂ ਰੱਬ ਦੇ ਪਿਆਰਿਆਂ ਤੋਂ ਬਲਿਹਾਰ ਜਾਂਦਾ ਜਿਹੜੇ ਸੱਚੇ ਪਾਤਸ਼ਾਹ ਤੇਰੇ ਨਾਮ ਨਾਲ ਜੁੜਦੇ ਜਿਹੜੇ ਤੇਰੇ ਨਾਮ ਨਾਲ ਜੋੜਦੇ ਹਨ ਜਿਨ ਗੁਰਮੁਖ ਨਾਮ ਤੇ ਆਇਆ ਜਿਨ੍ਹਾਂ ਨੇ ਜਪਿਆ ਤੇ ਜਪਾਇਆ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ। ਰਾਮ ਹਰ ਜਨ ਕੈ ਹਉ ਬਲ ਜਾਈ। ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ। ਹਉ ਬਲ ਜਾਈ ਰਾਮ ਹਰ ਜਨ ਕੈ ਹਉ ਬਲ ਜਾਈ। ਹਉ ਬਲ ਜਾਈ ਬਲ ਜਾਈ। ਹਾਂ ਬਲ ਜਾਈ ਹਾਂ ਬਲ ਜਾਈ ਹਾਂ ਬਲ ਜਾਈ
ਬਲ ਜਾਈ ਹਾਂ ਬਲ ਜਾਈ ਮੇਰੇ ਰਾਮ ਹਰ ਜਨ ਕੈ ਹਾਂ ਬਲ ਜਾਈ ਹਾਂ ਬਲ ਜਾਈ ਮੇਰੇ ਰਾਮ ਹਰ ਜਨ ਕੈ ਹਾਂ ਬਲ ਜਾਈ ਹਾਂ ਬਲ ਜਾਈ ਮੇਰੇ ਰਾਮ ਹਰ ਜਨ ਕੈ ਹਾਂ ਬਲ ਜਾਈ ਹਾਂ ਬਲ ਜਾਈ ਮੇਰੇ ਰਾਮ ਹਰ ਜਨ ਕੈ ਹਾਂ ਬਲ ਜਾਈ ਹਾਂ ਬਲ ਜਾਈ ਮੇਰੇ ਰਾਮ ਹਰ ਜਨ ਕੈ ਹਾਂ ਬਲ ਜਾਈ ਹਾਂ ਬਲ ਜਾਈ ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ ਕੇਸਾਂ ਕਾ ਕਰ ਚਵਰ ਟਲਾਵਾ ਆਪਣੇ ਕੇਸਾਂ ਦਾ ਉਹਨਾਂ ਪਿਆਰਿਆਂ ਤੋਂ ਉਹਨਾਂ ਮਹਾਂਪੁਰਸ਼ਾਂ ਤੋਂ ਮੈਂ ਚੌਰ ਟਲਾ ਦੇਵਾਂ ਤੇ ਚਰਨ ਧੂੜ ਮੁਖ ਲਾਈ ਉਹਨਾਂ ਦੇ ਚਰਨਾਂ ਦੀ ਮੈਂ ਮਸਤਕ ਨਾਲ ਲਾ ਲਵਾਂ ਧੰਨ ਗੁਰੂ ਅਰਜਨ ਦੇ ਮਹਾਰਾਜ ਕਿੱਡਾ ਮਾਣ ਬਖਸ਼ਦੇ ਆ ਕਿਹਨਾਂ ਨੂੰ ਜਿਨ੍ਹਾਂ ਨੇ ਜਪਿਆ ਇਸੇ ਲਈ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਗਰੀਬਨ ਵਾਜ ਕੇਸਾਂ ਕਾ ਕਰ ਚਵਰ ਟਲਾਵਾ ਚਰਨ ਧੂੜ ਮੁਖ ਮਹਾਰਾਜ ਕਿਤੇ ਮਿਲ ਜਾਏ ਐਸੇ ਮਹਾਂਪੁਰਸ਼ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਮਸਤਕ ਨਾਲ ਲਾ ਲਾ ਮਸਤਕ ਨਾਲ ਲਾਲ ਮਾਂ ਧੂੜੀ ਜੇ ਮਿਲ ਜੇ ਪਿਆਰੇ ਮਸਤਕ ਨਾਲ ਲਾਲ ਮਾਂ ਤੂੜੀ ਦੇ ਮਿਲਦੇ 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 ਪਿਆਰੇ ਮਸਤਕ ਨਾਲ ਲਾਲ ਮਾਂ ਤੂੜੀ ਜੇ ਮਿਲਦੇ ਪਿਆਰੇ ਮਸਤਕ ਨਾਲ ਲਾਲ ਮਾਂ ਤੂੜੀ ਜੇ ਮਿਲਦੇ ਪਿਆਰੇ ਮਸਤਕ ਨਾਲ ਲਾਲ ਮਾਂ ਤੂੜੀ ਜੇ ਮਿਲਦੇ ਪਿਆਰੇ ਮਸਤਕ ਨਾਲ ਲਾਲ ਤੂੜੀ ਜੇ ਮਿਲਦੇ ਪਿਆਰੇ ਤੂੜੀ ਜੇ ਮਿਲਦੇ ਪਿਆਰੇ ਤੂੜੀ ਜੇ ਮਿਲਦੇ ਤੂੜੀ ਜੇ ਮਿਲਦੇ ਪਿਆਰੇ ਤੂੜੀ ਜੇ ਮਿਲਦੇ ਪਿਆਰੇ ਤੂੜੀ ਨਾਲ ਲਾਲ ਮਾਂ ਮਸਤਕ ਨਾਲ ਲਾਲ ਮਾਂ ਜੀ ਤੂੜੀ ਜੇ ਮਿਲਦੇ ਮਸਤਕ ਨਾਲ ਲਾਲ ਮਾਂ ਤੂੜੀ ਜੇ ਮਿਲਦੇ ਪਿਆਰੇ ਤੂੜੀ ਜੇ ਲਾਲ ਮਾਂ ਤੂੜੀ ਜੇ ਮਿਲਦੇ ਪਿਆਰੇ ਕੇਸਾਂ ਕਾ ਕਰ ਚਵਰ ਟਲਾਵਾ ਚਰਨ ਧੂੜ ਮੁਖ ਲਾਈ ਜਨਮ ਮਰਨ ਦੋ
ਸਾਨੂੰ ਪਧਾਰੀ ਆਏ ਇਦਾਂ ਦੇ ਭਗਤੀ ਲਾਏ ਹਰ ਸੋਰੇ ਮਿਲਾਏ ਸਤਿਗੁਰੂ ਕਹਿੰਦੇ ਕੇਸਾਂ ਕਾ ਕਰ ਜਬਰ ਢਲਾਵਾ ਚਰਨ ਧੂੜ ਮੁਖ ਲਈ ਜਨਮ ਮਰਨ ਦੋਹੂੰ ਮੈਂ ਨਾਹੀ ਨਾ ਸਾਧੂ ਜੰਮਦੇ ਆ ਨਾ ਮਰਦੇ ਆ ਜਨਮ ਮਰਨ ਤੋਂ ਰਹਿਤ ਹੈ ਗੁਰਮੁਖ ਆਵੇ ਜਾਏ ਨਿਸੰਗ ਆਪਣੀ ਮੌਜ ਵਿੱਚ ਆਉਂਦੇ ਆਪਣੀ ਮੌਜ ਵਿੱਚ ਜਾਂਦੇ ਆ ਜਨਮ ਮਰਨ ਦੋਹੂੰ ਮੈਂ ਨਾਹੀ ਜਨ ਪਰ ਉਪਕਾਰੀ ਆਏ ਸਾਡੇ ਜੀਵਾਂ ਤੇ ਪਰਉਪਕਾਰ ਕਰਨ ਵਾਸਤੇ ਸਾਡੇ ਜੀਵਾਂ ਦੇ ਭਲੇ ਵਾਸਤੇ ਪਰਮੇਸ਼ਰ ਰੱਬ ਦੇ ਪਿਆਰਿਆਂ ਨੂੰ ਆਪ ਭੇਜਦਾ ਹੈਗਾ ਜੀ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਜੀਵਾਂ ਦੇ ਭਲੇ ਵਾਸਤੇ ਭੇਜਦਾ ਅਸੀਂ ਸੰਸਾਰੀ ਜੀਵਾਂ ਕੀਤੇ ਹੋਏ ਕਰਮਾਂ ਦੇ ਫਲ ਭੁਗਤ ਰਹੇ ਹਾਂ ਦੱਦਾ ਦੋਸ਼ ਨਾ ਦੇਹੀ ਕਿਸੈ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਆਪਣੇ ਕੀਤੇ ਕਰਮਾਂ ਦੇ ਫਲ ਭੁਗਤ ਰਹੇ ਹਾਂ ਸਾਧੂ ਸਾਡੇ ਭਲੇ ਵਾਸਤੇ ਜੀਵਾਂ ਦੇ ਭਲੇ ਵਾਸਤੇ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਪਰਮੇਸ਼ਰ ਆਪ ਭੇਜਦਾ ਕਿ ਇਹਨਾਂ ਜੀਵਾਂ ਦਾ ਪਾਰ ਉਤਾਰਾ ਤੁਸੀਂ ਕਰਦੇ ਹੋ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਇੱਕ ਵਾਰ ਸਾਧ ਸਿੰਘ ਜੀ ਕੋਈ ਬੜਾ ਗਰੀਬ ਸੀ ਗੁਰਮੁਖ ਪਿਆਰਾ ਚਲਿਆ ਗਿਆ ਹਜ਼ੂਰ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਕੀਤੀ ਤੇ ਸਾਧ ਸਿੰਘ ਜੀ ਉਹਨੇ ਭੇਟਾ ਇੱਕ ਰੁਮਾਲ ਲਿਆਂਦਾ ਸੀ ਆਪਣੇ ਕੋਲ ਉਹ ਰੁਮਾਲ ਲਿਆ ਕੇ ਬਾਬਾ ਜੀ ਨੂੰ ਅਰਪਣ ਕੀਤਾ ਧੰਨ ਹਜ਼ੂਰ ਬਾਬਾ ਆਨੰਦ ਸਿੰਘ ਮਹਾਰਾਜ ਨੇ ਹਜ਼ੂਰ ਨੇ ਉਹ ਰੁਮਾਲ ਪਕੜ ਲਿਆ ਤੇ ਸਾਧ ਸਿੰਘ ਜੀ ਬੜੀਆਂ ਭੇਟਾਵਾਂ ਸੰਗਤ ਲੈ ਕੇ ਆਉਂਦੀਆਂ ਹਜ਼ੂਰ ਦੇ ਚਰਨਾਂ ਵਿੱਚ ਤੇ ਉਹ ਸਾਧ ਸਿੰਘ ਜੀ ਜਦੋਂ ਸਮਾਂ ਲੰਘਦਾ ਚਲਿਆ ਗਿਆ ਬਾਬਾ ਜੀ ਜਦੋਂ ਸੱਚਖੰਡ ਗਏ ਨਾ ਉਹ ਗੁਰਮੁਖ ਪਿਆਰਾ ਗਰੀਬ ਸੀ ਵਿਚਾਰਾ ਉਹਨੇ ਵੇਖਿਆ ਬੜੀਆਂ ਸੰਗਤਾਂ ਆਈਆਂ ਬਾਬਾ ਜੀ ਦੇ ਅੰਤਮ ਸਮੇਂ ਦੇ ਵਿੱਚ ਸਰੀਰ ਪਿਆ ਸੰਗਤਾਂ ਦਰਸ਼ਨ ਦਿਦਾਰ ਕਰਦੀਆਂ ਭੁੱਬਾਂ ਮਾਰ ਮਾਰ ਕੇ ਤਾਂ ਮਾਰ ਮਾਰ ਕੇ ਰੋਂਦੀਆਂ ਸੱਚੇ ਪਾਤਸ਼ਾਹ ਗਰੀਬਨ ਵਾਜ ਆ ਜੋ ਖੇਡ ਜਿਹੜਾ ਤੁਸੀਂ ਵਰਤਾਇਆ ਇਹ ਝੱਲਣਾ ਬੜਾ ਔਖਾ ਹੈ ਉਸ ਸਮੇਂ ਨੂੰ ਯਾਦ ਕਰਦੇ ਆ ਗੁਰਮੁਖ ਪਿਆਰੇ ਉਹ ਸਾਧ ਸਿੰਘ ਜੀ ਗਰੀਬ ਵਿਚਾਰਾ ਗੁਰਮੁਖ ਪਿਆਰਾ ਉਹ ਵੀ ਚੱਲ ਕੇ ਆ ਗਿਆ ਵੇਖ ਰਿਹਾ ਸਾਹਮਣੇ ਸਭ ਦੀਆਂ ਕਾਰ ਭੇਟਾਵਾਂ ਬਾਬਾ ਜੀ ਦੇ ਚਰਨਾਂ ਵਿੱਚ ਕੋਈ ਵਸਤਰ ਕੋਈ ਕੁਛ ਅਰਪਣ ਕਰ ਰਿਹਾ ਹੈ ਉਹ ਖੜਾ ਵਿਚਾਰਾ ਸੋਚਦਾ ਵੀ ਮੈਂ ਬਾਬਾ ਜੀ ਦੇ ਚਰਨਾਂ ਵਿੱਚ ਇੱਕ ਰੁਮਾਲ ਅਰਪਣ ਕੀਤਾ ਸੀ ਕਹਿੰਦੇ ਵੀ ਬਾਬਾ ਜੀ ਕੋਲ ਤਾਂ ਕਿਤਨੇ ਪਿਆਰੇ ਕਿੰਨੀਆਂ ਸੇਵਾਵਾਂ ਲੈ ਕੇ ਆਉਂਦੇ ਹੈ ਪਤਾ ਨਹੀਂ ਮੇਰੀ ਸੇਵਾ ਬਾਬਾ ਜੀ ਨੇ ਮਨਜ਼ੂਰ ਕੀਤੀ ਹੈ ਜਾਂ ਨਹੀਂ ਕੀਤੀ ਮਨ ਵਿੱਚ ਇਹ ਫੁਰਨਾ ਸੀ ਜਦੋਂ ਗਿਆ ਬਾਬਾ ਜੀ ਦੇ ਸਰੀਰ ਦੇ ਕੋਲ ਕੀ ਵੇਖਦਾ ਬਾਬਾ ਜੀ ਦਾ ਸਰੀਰ ਪਿਆ ਉੱਪਰ ਮੋਢੇ ਵਾਲੇ ਸੱਜੇ ਹੱਥ ਸਾਧ ਸਿੰਘ ਜੀ ਉਹ ਰੁਮਾਲ ਬਾਬਾ ਜੀ ਦੇ ਮੋਢੇ ਦੇ ਉੱਪਰ ਪਿਆ ਵੇਖ ਕੇ ਨੇਤਰਾਂ 'ਚ ਨੀਰ ਆ ਗਿਆ ਸਮੇਂ ਨੂੰ ਯਾਦ ਕਰਦਾ ਸੱਚੇ ਪਾਤਸ਼ਾਹ ਉੱਤੇ ਪ੍ਰਤੱਖ ਖੇਡ ਵਰਤਾ ਰਹੇ ਹਾਂ ਜਿਵੇਂ ਬਾਬਾ ਸੁਜਾਨ ਸਿੰਘ ਜੀਆਂ ਪ੍ਰਤੱਖ ਦਦਾਰ ਬਖਸ਼ੇ ਸੀ ਬਾਬਾ ਜੀ ਸੱਚਖੰਡ ਚਲੇ ਗਏ ਤੇ ਬਾਬਾ ਸੁਜਾਨ ਸਿੰਘ ਜੀ ਨੂੰ ਦਰਸ਼ਨ ਦਿੱਤੇ ਸੀ ਨਾ ਕਹਿੰਦੇ ਸੁਜਾਨ ਸਿਆ ਤੂੰ ਬੈਰਾਗ ਕਰੀ ਜਾਂਦਾ ਮਹਾਰਾਜ ਮੈਨੂੰ ਦੱਸੇ ਬਿਨਾਂ ਹੀ ਚਲੇ ਗਏ ਬਾਬਾ ਜੀ ਕਹਿੰਦੇ ਅਸੀਂ ਤਾਂ ਰਾਗਾ ਸਿਆ ਕਿਤੇ ਨਹੀਂ ਗਏ ਮਹਾਰਾਜ ਫਿਰ ਕਿੱਥੇ ਹੋ
ਬਾਬਾ ਜੀ ਕਹਿੰਦੇ ਨੇਤਰ ਬੰਦ ਕਰ, ਨੇਤਰ ਬੰਦ ਕੀਤੇ, ਫਿਰ ਵਚਨ ਕੀਤਾ ਨੇਤਰ, ਕਹਿੰਦੇ ਨੇਤਰ ਬੰਦ ਕਰਕੇ ਤੱਕ ਹੁਣ ਕੀ ਦੇਖਦੇ ਨੇ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਦਿਸਦਾ ਹੈ, ਸਰੂਪ ਦਿਸਦਾ ਹੈ, ਸਤਿਗੁਰੂ ਜੀ ਦਾ ਸਰੂਪ ਅਲੋਪ ਹੋ ਜਾਂਦਾ ਹੈ। ਬਾਅਦ ਵਿੱਚ ਕੀ ਦੇਖਦੇ ਹਨ? ਬਾਬਾ ਆਨੰਦ ਸਿੰਘ ਮਹਾਰਾਜ ਦਾ ਸਰੂਪ ਸਾਹਮਣੇ ਆ ਜਾਂਦਾ ਹੈ, ਫਿਰ ਉਹ ਸਰੂਪ ਅਲੋਪ ਹੋ ਜਾਂਦਾ ਹੈ, ਗੁਰੂ ਸਾਹਿਬ ਦਾ ਸਰੂਪ ਪ੍ਰਕਾਸ਼ ਹੋ ਜਾਂਦਾ ਹੈ। ਬਾਬਾ ਜੀ ਨੇ ਪੁੱਛਿਆ, ਕਹਿਣ ਲੱਗੇ ਰਾਗਾ ਸਿਆਂ ਲੱਗਿਆ ਕੁਝ ਪਤਾ? ਨਹੀਂ ਮਹਾਰਾਜ, ਕੁਝ ਨਹੀਂ ਸਮਝ ਪਈ। ਬਾਬਾ ਜੀ ਕਹਿੰਦੇ, ਉਹ ਬੁੱਧੂਆ, ਕਹਿੰਦੇ ਅੱਜ ਤੋਂ ਬਾਅਦ ਅਸੀਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਤੋਂ ਬਾਅਦ ਜੇ ਸਾਡਾ ਦਰਸ਼ਨ ਕਰਨਾ ਹੈ ਇਸ ਸ਼ਬਦ ਨਾਲ ਜੁੜ ਕੇ, ਕਿਉਂਕਿ ਜੋ ਪ੍ਰਭ ਕੋ ਮਿਲ ਵੋ ਚ ਹੈ ਖੋਜ ਸ਼ਬਦ ਮੈਂ ਲਿਹੇ, ਜੇ ਮੇਰੇ ਦੀਦਾਰ ਕਰਨੇ ਹੈ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚੋਂ ਕਰਨੇ, ਕਿਉਂਕਿ ਹਜ਼ੂਰ ਨੇ ਆਪ ਸ਼ਬਦ ਨਾਲ ਜੁੜਨਾ ਕੀਤਾ, ਪ੍ਰੇਰਿਤ ਕੀਤਾ ਹਜ਼ੂਰ ਬਾਬਾ ਜੀ ਛਿਆੜ ਸਾਹਿਬ ਵਾਲੇ ਇਹ ਵਚਨ ਕਰਦੇ ਸੀ। ਸੋਨੇ ਚਾਂਦੀ ਦਾ ਵਪਾਰ ਦੁਨੀਆ ਸਾਧੂਆਂ ਨੇ ਨਾਮ ਬਣ ਗਿਆ, ਮੇਰੇ ਪਿਆਰੇ ਸੰਤਾਂ ਨੇ ਨਾਮ ਬਣ ਗਿਆ, ਸੰਤੋ ਬਣ ਗਿਆ ਨਾਮ ਗੋਬਿੰਦ ਕਾ ਐਸੀ ਕੇ ਪਾਰੀ। ਸਤ ਜੀ ਕਹਿੰਦੇ ਸੰਸਾਰੀ ਜੀਵ ਜਿਸ ਧਨ ਪਦਾਰਥ ਨੂੰ ਇਕੱਠਾ ਕਰਦੇ ਆ ਉਹ ਨਾਲ ਨਹੀਂ ਜਾਂਦਾ, ਨਾਲ ਨਹੀਂ ਜਾਂਦਾ, ਤੇ ਸਾਧ ਸੰਗਤ ਜੀ ਜੇ ਆ ਵੀ ਗਿਆ ਖੁਸ ਜਾਂਦਾ, ਤੇ ਜਿਹੜਾ ਧਨ ਰੱਬ ਦੇ ਪਿਆਰੇ ਇਕੱਠਾ ਕਰਦੇ ਆ
ਨਾ ਉਹ ਮਰੇ ਨਾ ਠਾਗੈ ਜਾਈ ਜਿਨ ਕੈ ਰਾਮ ਬਸੈ ਨਾ ਉਹ ਸਾਧ ਸੰਗ ਜੀ ਮਰਦੇ ਹੈ ਨਾ ਠੱਗਿਆ ਜਾਂਦਾ ਹੈ ਨਾ ਕੋਈ ਉਸ ਖਜ਼ਾਨੇ ਨੂੰ ਲੁੱਟ ਸਕਦਾ ਹੈ ਇਸੇ ਲਈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਖਜ਼ਾਨਾ ਮੈਂ ਕਿਹਨਾਂ ਨੂੰ ਦੱਸਾਂ ਜਿਹੜੇ ਮੇਰੀ ਭਗਤੀ ਕਰਦੇ ਮੇਰੀ ਬੰਦਗੀ ਕਰਦੇ ਭਗਤ ਖਜ਼ਾਨਾ ਭਗਤਨ ਕਉ ਦੀਆ ਹਰ ਨਾਮ ਧਨ ਸੱਚ ਸੋਏ ਸੱਚੇ ਨਾਮ ਦਾ ਖਜ਼ਾਨਾ ਰੱਬ ਦੇ ਪਿਆਰਿਆਂ ਦੇ ਹਿਰਦੇ ਵਿੱਚ ਸਤਿਗੁਰੂ ਜੀ ਕਹਿੰਦੇ ਉਸ ਖਜ਼ਾਨੇ ਵਿੱਚੋਂ ਕੁਝ ਨਾ ਕੁਝ ਕਿਣਕਾ ਮਾਤਰ ਉਹ ਤੈਨੂੰ ਵੀ ਬਖਸ਼ ਦੇਣਗੇ ਪਰ ਕਦੋਂ ਜਦੋਂ ਤੂੰ ਭਾਵਨਾ ਤੇ ਸ਼ਰਧਾ ਨਾਲ ਬੇਨਤੀ ਕਰੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ਼ਰਧਾ ਤੇ ਭਾਵਨਾ ਨਾਲ ਕੀਤੀ ਹੋਈ ਅਰਦਾਸ ਬੇਨਤੀ ਪਰਮੇਸ਼ਰ ਤੇ ਪਰਮੇਸ਼ਰ ਦੇ ਪਿਆਰੇ ਪ੍ਰਵਾਨ ਕਰਦੇ ਆ ਗੁਰੂ ਜੀ ਕਹਿੰਦੇ ਜਨਮ ਮਰਨ ਦੋਹੂੰ ਮੈਂ ਨਾਹੀ ਜਨ ਪਰਵ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਏ ਆਪਣਾ ਜੀਵਨ ਸਾਧ ਸੰਗਤ ਜੀ ਪਰਮੇਸ਼ਰ ਦੇ ਲੇਖੇ ਲਾ ਜੀ ਦਾਨ ਦੇ ਭਗਤੀ ਲਾਏ ਜੀਵਾਂ ਦੇ ਭਲੇ ਵਾਸਤੇ ਮਹਾਂਪੁਰਸ਼ ਰੱਬ ਦੇ ਪਿਆਰੇ ਆਉਂਦੇ ਹੈ ਸੰਸਾਰ ਵਿੱਚ ਜਦੋਂ ਆਉਂਦੇ ਹੈ ਤਦ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਧੰਨ ਜਦੋਂ ਸੰਸਾਰ ਵਿੱਚ ਸਰੀਰ ਕਰਕੇ ਵਿਚਰਦੇ ਹੈ ਤਦ ਵੀ ਕਿਹਾ ਧੰਨ ਜਦੋਂ ਸਰੀਰ ਕਰਕੇ ਓਲਾ ਕਰਦੇ ਹੈ ਤੇ ਸ਼ਬਦ ਰੂਪ ਹੁੰਦੇ ਹੈ ਫਿਰ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਧੰਨ ਕਿਹਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਜ਼ੂਰ ਕਹਿੰਦੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾ ਇਹ ਸੁਭਾਉ ਕਿਹੜੇ ਕਾਰਜ ਵਾਸਤੇ ਆਏ ਜਨ ਕੈ ਸੰਗ ਚਿੱਤ ਆਵੇ ਉਹਨਾਂ ਦੇ ਨਾਲ ਜੁੜ ਕੇ ਸਾਧ ਸੰਗ ਜੀ ਨਾਮ ਨਾਲ ਜੁੜਿਆ ਜਾਂਦਾ ਕਿਉਂ ਜੁੜਿਆ ਹੋਇਆਂ ਦੀ ਸੰਗਤ ਵਿੱਚ ਬੈਠ ਕੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬਹਿ ਕੇ ਅਸੀਂ ਨਾਮ ਦਾ ਖਜ਼ਾਨਾ ਲੁੱਟ ਸਕਦੇ ਹਾਂ ਇਸੇ ਲਈ ਕਬੀਰ ਸਾਹਿਬ ਨੇ ਵੀ ਬਚਨ ਕਹਿਤਾ ਕਬੀਰ ਲੁੱਟਣਾ ਹੈ ਤਾਂ ਲੁੱਟ ਰਾਮ ਨਾਮ ਹੈ ਲੁੱਟ ਫਿਰ ਪਾਛੇ ਪਛਤਾਹੇਂਗੇ ਪ੍ਰਾਣ ਜਾਹੇਂਗੇ ਝੂਠ ਕਹਿੰਦੇ ਹੁਣ ਲੁੱਟ ਲੈ ਖਜ਼ਾਨਾ ਨਹੀਂ ਪ੍ਰਾਣ ਨਿਕਲ ਗਏ ਫਿਰ ਤੇ ਪਛਤਾਵਾ ਹੀ ਹੈ ਬਲਕਿ ਅਜੇ ਤੇਰੇ ਕੋਲ ਸਮਾਂ ਹੈ ਵੱਡੇ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆਨੰਦ ਪ੍ਰਾਪਤ ਕਰਕੇ ਮਹਾਂਪੁਰਸ਼ ਅੱਜ ਆਹ ਖੇਡ ਆਨੰਦ ਵਰਤਾ ਰਹੇ ਹੈ ਸਾਨੂੰ ਜੋੜਨ ਵਾਸਤੇ ਜਨਮ ਮਰਨ ਦੋਹੂੰ ਮੈਂ ਨਾਹੀ ਜਨ ਪਰੋਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਣ ਹਰ ਸਿਉ ਲੈਣ ਆਪਣੇ ਵੱਡਿਆਂ ਦੇ ਬਚਨ ਤੇ ਪਹਿਰਾ ਦੇ ਕੇ ਮਹਾਂਪੁਰਸ਼ ਬੈਠੇ ਨੇ ਬਾਬਾ ਜੀ ਉਹਨੀ ਬਚਨਾਂ ਤੇ ਪਹਿਰਾ ਦੇ ਕੇ ਉਹ ਸੇਵਾਵਾਂ ਨਿਭਾ ਕੇ ਤੇ ਸਾਧ ਸੰਗਤ ਜੀ ਆਪਣੇ ਗੁਰਦੇਵ ਦੇ ਸਾਧ ਸੰਗਤ ਜੀ ਦਿੱਤੇ ਹੋਏ ਵਚਨ ਨੂੰ ਪੂਰਾ ਕਰਕੇ ਸੇਵਾਵਾਂ ਵਿੱਚ ਨਾਮ ਵਿੱਚ ਜੁੜੇ ਬੈਠੇ ਤੇ ਸਤਿਗੁਰੂ ਕਹਿੰਦੇ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਵਨਾਸੀ ਘਰ ਮੈਂ ਪਾਇਆ ਇਹੋ ਜਿਹੇ ਰੱਬ ਦੇ ਪਿਆਰਿਆਂ ਦੀ ਸੰਗਤ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਦੀ ਧੰਨ ਹਜ਼ੂਰ ਬਾਬਾ ਜੀ ਛਿਆੜ ਸਾਹਿਬ ਵਾਲੇ ਜਿਨ੍ਹਾਂ ਨੇ ਸਾਰਾ ਜੀਵਨ ਸਾਧ ਸੰਗਤ ਜੀ ਸ਼ਬਦ ਨਾਲ ਜੁੜ ਕੇ ਨਾਮ ਨਾਲ ਜੁੜ ਕੇ ਭਾਵਨਾ ਤੇ ਸ਼ਰਧਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਨਿਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਤੱਖ ਰੱਬ ਮੰਨਿਆ ਹਜ਼ੂਰ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਆਪਣੀ ਰਚਨਾ ਤੋਂ ਕਦੇ ਗੁਰੂ ਗ੍ਰੰਥ ਸਾਹਿਬ ਨਹੀਂ ਕਿਹਾ ਜਦੋਂ ਵੀ ਬਚਨ ਕਰਦੇ ਸੀ ਉਹ ਮੇਰਾ ਗੁਰੂ ਨਾਨਕ ਬੈਠਾ ਬਾਬਾ ਜੀ ਦੇਹਰਾਦੂਨ ਨੂੰ ਜਾ ਰਹੇ ਸੀ ਰਸਤੇ ਵਿੱਚ ਬਚਨ ਕੀਤਾ ਡਰਾਈਵਰ ਨੂੰ ਕਹਿਣ ਲੱਗੇ ਬਈ ਗੱਡੀ ਰੋ ਗੱਡੀ ਕਹਿੰਦੇ ਮਹਾਰਾਜ ਕੀ ਗੱਲ ਹੈ ਹਜ਼ੂਰ ਕਹਿੰਦੇ ਗੁਰੂ ਨਾਨਕ ਆ ਰਿਹਾ
ਤੇ ਸਾਧ ਸੰਗੀ ਸੇਵਾਦਾਰ ਨੇ ਗੱਡੀ ਰੋਕ ਲਈ, ਆਲੇ ਦੁਆਲੇ ਤੱਕਦੇ ਰਹੇ ਖੜਕੇ। ਮਹਾਰਾਜ ਕਿਤੇ ਨੀ ਕੁਛ ਦਿਸ ਰਿਹਾ। ਬਾਬਾ ਜੀ ਕਹਿੰਦੇ ਖੜ ਜਾ, ਕੋਈ ਗੱਲ ਨੀ, ਗੁਰੂ ਨਾਨਕ ਆ ਰਿਹਾ। ਜਦੋਂ ਸਾਹਮਣੇ ਦੇਖਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਈ ਗੁਰਮੁਖ ਪਿਆਰੇ ਆ ਰਹੇ ਸੀ, ਤੇ ਸਾਧ ਸੰਗੀ ਘੜਿਆਲ ਵੱਜਦੀ ਆ ਰਹੀ ਹੈ, ਤੇ ਸੇਵਾਦਾਰ ਨੇ ਵਚਨ ਕੀਤਾ, ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਆ ਰਹੀ ਹੈ, ਭੀੜ ਆ ਰਹੀ ਹੈ। ਬਾਬਾ ਜੀ ਕਹਿੰਦੇ ਬੁੱਧੂਆ ਭੀੜ ਨਹੀਂ ਕਹੀਦਾ, ਭੀੜ ਜੰਗਲ ਨੂੰ ਕਹਿੰਦੇ। ਬਾਬਾ ਜੀ ਨੇ ਵਚਨ ਕੀਤਾ, ਕਹਿੰਦੇ ਗੁਰੂ ਨਾ ਮੇਰਾ ਗੁਰੂ ਨਾਨਕ ਆ ਰਿਹਾ। ਬਾਬਾ ਜੀ ਨੇ ਆਪਣੇ ਗਲ ਦਾ ਹਜੂਰੀਆ ਲਾਹ ਕੇ ਨਾ ਧਰਤੀ ਤੇ ਵਿਛਾਤਾ। ਉਹ ਜਿਹੜੇ ਗੁਰਮੁਖ ਪਿਆਰੇ ਦੇ ਸੀਸ ਦੇ ਉੱਪਰ ਸੱਚੇ ਪਾਤਸ਼ਾਹ ਦਾ ਸਰੂਪ ਸੀ, ਉਹਦੇ ਚਰਨਾਂ ਵਿੱਚ ਆਪਣੇ ਗਲ ਦਾ ਹਜੂਰੀਆ ਲਾਹ ਕੇ ਵਿਛਾ ਦਿੱਤਾ। ਤੇ ਉਹਨੇ ਪੁੱਛਿਆ ਵੀ ਕੌਣ ਨੇ? ਕਹਿੰਦੇ ਬਾਬਾ ਆਨੰਦ ਸਿੰਘ ਮਹਾਰਾਜ ਨੇ ਕਲੇਰਾਂ ਵਾਲੇ। ਉਹ ਕਹਿੰਦਾ ਮੈਂ ਨਹੀਂ ਆਪਣੇ ਪੈਰ ਇਸ ਸਰੋਪੇ ਤੇ ਧਰਦਾ। ਇਹ ਕਿੱਡੀ ਅਵਸਥਾ ਦੇ ਮਾਲਕ ਨੇ, ਪ੍ਰਤੱਖ ਗੁਰੂ ਨਾਨਕ ਦੀਆਂ ਖੇਡਾਂ ਵਰਤੀ ਨੇ ਇਹਨਾਂ ਕੋਲ। ਮੈਂ ਇਹ ਹਜ਼ੂਰੀਏ ਤੇ ਆਪਣੇ ਪੈਰ ਨਹੀਂ ਰੱਖਣੇ। ਬਾਬਾ ਜੀ ਨੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦੇ ਗੁਰਮੁਖ ਪਿਆਰਿਆ ਅੱਜ ਤੁਹਾਡੇ ਸਰੀਰ ਦੇ ਉੱਤੇ ਗੁਰੂ ਨਾਨਕ। ਕਹਿੰਦੇ ਅੱਜ ਇਹ ਤੁਹਾਡੇ ਨਹੀਂ ਪੈਰ, ਇਹ ਪ੍ਰਤੱਖ ਗੁਰੂ ਨਾਨਕ ਦੇ ਚਰਨ ਹਨ। ਤੁਹਾਨੂੰ ਸੇਵਾ ਮਿਲੀ ਹੈ ਮੇਰੇ ਆ ਕਹਿੰਦੇ ਹਜ਼ੂਰੀਏ ਇਸ ਕੱਪੜੇ ਵਸਤਰ ਦੇ ਉੱਤੇ ਆਪਣੇ ਚਰਨ ਰੱਖ ਦਿਓ। ਮੈਂ ਆ ਜਿਹੜੀ ਤੁਹਾਡੇ ਚਰਨਾਂ ਦੀ ਧੂੜੀ ਆ ਇਹ ਚੁੱਕ ਕੇ ਆਪਣੇ ਮਸਤਕ ਨਾਲ ਲਾ ਲਵਾਂ, ਮੇਰਾ ਵੀ ਜੀਵਨ ਧਨ ਹੋ ਜਾਵੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੀ ਬਖਸ਼ਿਸ਼ੀ ਬਾਬਾ ਆਨੰਦ ਸਿੰਘ ਮਹਾਰਾਜ, ਇੰਨੀ ਨਿਮਰਤਾ ਦੇ ਮਾਲਕ ਸਨ। ਜਿੱਥੇ ਜਿੱਥੇ ਗਏ ਹੈ, ਆਓ ਮੈਂ ਸਮਾਂ ਨੇੜੇ ਹੈ, ਤੇ ਜਿੱਥੇ ਜਿੱਥੇ ਵੀ ਹਜ਼ੂਰ ਦਾ ਆਪਾਂ ਜੀਵਨ ਪੜ੍ਹੀਏ, ਜਿੱਥੇ ਵੀ ਜੀਵਨ ਪੜ੍ਹ ਕੇ ਵੇਖੀਏ, ਉੱਥੇ ਸਾਧ ਸੰਗਤ ਜੀ ਜੇ ਸੇਵਾਦਾਰਾਂ ਨੂੰ ਤਾੜਨਾ ਵੀ ਕੀਤੀ ਹੈ, ਉਹਦੇ ਵਿੱਚੋਂ ਗਿਆਨ ਮਿਲਿਆ, ਉਹਦੇ ਵਿੱਚੋਂ ਸੋਝੀ ਮਿਲਦੀ ਹੈ ਵੀ ਬਾਬਾ ਜੀ ਨੇ ਇੱਥੇ ਤਾੜਨਾ ਕਿਉਂ ਕੀਤੀ ਹੈ। ਉਹ ਅੱਗੇ ਵਾਸਤੇ ਸਾਡੇ ਲਈ ਪ੍ਰੇਰਣਾ ਸਰੋਤ ਬਚਨ ਹੋ ਜਾਂਦੇ ਹੈ। ਇਸ ਲਈ ਉੱਤਮ ਸਲੋਕ ਸਾਧ ਕੇ ਬਚਨ, ਉਹਨਾਂ ਦੀ ਰਚਨਾ ਤੋਂ ਨਿਕਲੇ ਹੋਏ ਬਚਨ, ਅਮੋਲਕ ਲਾਲ ਸਾਹਿਬ ਰੱਬ ਦੇ ਪਿਆਰਿਆਂ ਦੀ ਰਚਨਾ ਤੋਂ ਨਿਕਲਿਆ ਹੋਇਆ ਇੱਕ ਇੱਕ ਵਚਨ ਜਿਹੜੇ ਜਪਦੇ ਆ, ਜਿਨ੍ਹਾਂ ਦੀ ਬਾਬਤ ਹਜ਼ੂਰ ਕਹਿੰਦੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਜਿਨ੍ਹਾਂ ਨੂੰ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਨਹੀਂ ਵਿਸਰਦਾ, ਉਹਨਾਂ ਦੀ ਗੱਲ ਹੈ। ਉੱਤਮ ਸਲੋਕ ਸਾਧ ਕੇ ਵਚਨ ਅਮਲੀਕ ਲਾਲ ਇਹ ਰਤਨ, ਸੁਣਤ ਕਮਾਵਤ ਹੋਤ ਉਧਾਰ। ਗੁਰੂ ਜੀ ਕਹਿੰਦੇ ਜਿਹੜੇ ਵਚਨਾਂ ਨੂੰ ਸੁਣਨਗੇ ਕਮਾਉਣਗੇ ਉਹਨਾਂ ਦਾ ਉਧਾਰ ਹੋਵੇਗਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਣਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤ, ਆਪ ਵੀ ਤਰਦੇ ਹੈ ਤੇ ਸਾਧ ਸੰਗਤ ਜੀ ਜਿਹੜੇ ਉਹਨਾਂ ਦੇ ਵਚਨਾਂ ਨਾਲ ਜੁੜ ਜਾਂਦੇ ਉਹਨਾਂ ਨੂੰ ਵੀ ਤਾਰ ਦਿੰਦੇ ਹਨ। ਆਓ ਆਖਰੀ ਧਾਰਨਾ ਪੜ੍ਹੀਏ, ਫਿਰ ਮਹਾਂਪੁਰਸ਼ ਸ੍ਰੀ ਮਾਨ ਸੰਤ ਬਾਬਾ ਬੱਗਾ ਸਿੰਘ ਜੀ ਨਾਨਕਸਰ ਸਾਹਿਬ ਵਾਲੇ, ਉਹ ਵੀ ਮਹਾਂਪੁਰਸ਼ ਪਹੁੰਚ ਗਏ ਨੇ, ਉਹਨਾਂ ਦੀ ਰਚਨਾ ਤੋਂ ਬਾਬਾ ਜੀ ਦੇ ਕਮਾਏ ਹੋਏ ਪ੍ਰਵਚਨ ਸਰਵਣ ਕਰਕੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨਾ ਹੈ। ਤਾਰ ਦੇ ਜੀ ਸਾਨੂੰ ਬਚਨ ਗੁਰਾਂ ਦੇ, ਤਾਰ ਦੇ ਜੀ ਬਚਨ ਗੁਰਾਂ ਦੇ, ਸਾਨੂੰ ਬਚਨ ਗੁਰਾਂ ਦੇ, ਤਾਰ ਦੇ ਜੀ ਸਾਨੂੰ ਬਚਨ ਗੁਰਾਂ ਦੇ।
ਆਏ ਨੇ ਬਚਨ ਗੁਰਾਂ ਦੇ ਬਚਨ ਗੁਰਾਂ ਦੇ ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ ਬਚਨ ਗੁਰਾਂ ਦੇ ਬਚਨ ਗੁਰਾਂ ਦੇ ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ ਬਚਨ ਗੁਰਾਂ ਦੇ ਬਚਨ ਬਚਨ ਗੁਰਾਂ ਦੇ ਬਚਨ ਗੁਰਾਂ ਦੇ ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ ਬਚਨ ਗੁਰਾਂ ਬਚਨ ਗੁਰਾਂ ਦੇ ਬਚਨ ਗੁਰਾਂ 50-55 ਸਾਲ ਹੋ ਗਏ ਹਜ਼ੂਰ ਬਾਬਾ ਜੀ ਦੇ ਵਚਨਾਂ ਤੇ ਪਹਿਰਾ ਦੇ ਕੇ ਤੇ ਸੇਵਾਵਾਂ ਨੂੰ ਆਪਣੇ ਮੁਰਸ਼ਦ ਦੇ ਦਿੱਤੇ ਹੋਏ ਵਚਨ ਨੂੰ ਕਮਾਉਣਾ ਬੜਾ ਔਖਾ ਪਰ ਉਹ ਗੁਰਮੁਖ ਕਮਾ ਜਾਂਦਾ ਹੈ ਉਹ ਗੁਰਸਿੱਖ ਕਮਾ ਜਾਂਦਾ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਮਹਾਂਪੁਰਸ਼ਾਂ ਦਾ ਹੱਥ ਆ ਜਾਏਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਆਓ ਹੋਈਆਂ ਪੁੰਨਾਂ ਦੀ ਖਿਮਾ ਜਿੰਨਾ ਸਮਾਂ ਲੱਗਿਆ ਬਹੁਤਾ ਕਰਕੇ ਜਾਣੀਏ ਕਿਉਂਕਿ ਮਹਾਂਪੁਰਸ਼ਾਂ ਦਾ ਸਮੇਂ ਤੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੀ ਮਿੱਟੀ ਰਸਨਾ ਤੋਂ ਉਹਨਾਂ ਦੇ ਕਮਾਏ ਹੋਏ ਬਚਨ ਆਪਾਂ ਸੁਣ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨੀ ਹੈ ਆਪਣੇ ਵੱਡੇ ਭਾਗ ਹੈ ਜੋ ਇਸ ਕਲਯੁਗ ਦੇ ਭਿਆਨਕ ਸਮੇਂ ਅੰਦਰ ਪੂਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠਣ ਦਾ ਪੂਰਨ ਮਹਾਂਪੁਰਸ਼ ਸ਼੍ਰੀ ਹਜ਼ੂਰ ਬਾਬਾ ਆਨੰਦ ਸਿੰਘ ਮਹਾਰਾਜ ਜੀ ਸ਼੍ਰੀ ਹਜ਼ੂਰ ਬਾਬਾ ਜੀ ਛਿਆੜ ਸਾਹਿਬ ਵਾਲੇ ਉਹਨਾਂ ਦੀਆਂ ਯਾਦਾਂ ਵਿੱਚ ਜੁੜਨ ਦਾ ਪੂਰਨ ਮਹਾਂਪੁਰਸ਼ਾਂ ਦੀ ਯਾਦ ਵਿੱਚ ਜੁੜਨ ਦਾ ਸਮਾਂ ਸਤਿਗੁਰ ਨੇ ਬਖਸ਼ਿਆ ਤੇ ਸਤਿਗੁਰ ਜੀ ਰਹਿਮਤ ਕਰਨ ਮਹਾਂਪੁਰਸ਼ ਕਿਰਪਾ ਕਰਨ ਆਪਾਂ ਇਸੇ ਤਰ੍ਹਾਂ ਉਹਨਾਂ ਦੇ ਵਚਨਾਂ ਨਾਲ ਜੁੜ ਕੇ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਉਹਨਾਂ ਦੇ ਦਿੱਤੇ ਹੋਏ ਵਚਨਾਂ ਵਿੱਚੋਂ ਕੁੱਝ ਨਾ ਕੁੱਝ ਵਚਨ ਪੱਲੇ ਬੰਨ ਕੇ ਜਾਈਏ ਤਾਂ ਜੋ ਸਾਡੇ ਜੀਵਨ ਦਾ ਬੇੜਾ ਪਾਰ ਹੋਵੇ ਹੋਈਆਂ ਪੁੰਨਾਂ ਦੀ ਖਿਮਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।